ਲੁਧਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ 3 ਨੇ ਜਾਅਲੀ ਕਰੰਸੀ ਬਣਾਉਣ ਵਾਲੇ ਗਰੋਹ ਦੇ 2 ਮੈਂਬਰਾਂ ਨੂੰ 22,60,600 ਰੁਪਏ ਦੀ ਨਗਦੀ, ਪ੍ਰਿੰਟਰ, ਲੈਪਟਾਪ, ਮੋਟਰਸਾਈਕਲ ਅਤੇ ਹੋਰ ਸਮਾਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਨੋਟ ਛਾਪਣਾ ਸੋਸ਼ਲ ਮੀਡੀਆ ਤੋਂ ਸਿੱਖਿਆ ਅਤੇ ਛੱਤੀਸਗੜ੍ਹ ਦੇ ਨਰੇਸ਼ ਕੁਮਾਰ ਨਾਲ ਇਹ ਕਰੰਸੀ ਦੀ ਡੀਲਿੰਗ ਕਰਦੇ ਸਨ। ਡੀਸੀਪੀ ਇਨਵੈਸਟੀਗੇਸ਼ਨ SPS ਢੀਂਡਸਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਨੂੰ ਇੱਕ ਫੇਕ ਕਰੰਸੀ ਦਾ ਰੈਕਡ ਬਰਸ਼ ਕਰਨ 'ਚ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ। ਲੁਧਿਆਣਾ ਦੇ CIA 3 ਦੀ ਟੀਮ ਨੇ ਔਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇੱਕ ਜੁਆਇੰਟ ਆਪਰੇਸ਼ਨ 'ਚ 2 ਬੰਦੇ ਫੜੇ ਨੇ, ਜਿਨ੍ਹਾਂ 'ਚ ਇੱਕ ਵਿੱਕੀ ਔਰ ਦੂਸਰਾ ਸਾਹਿਲ, ਜਿਨ੍ਹਾਂ ਤੋਂ ਕਿ ਪਹਿਲਾਂ ਇਨੀਸ਼ਲੀ 9 ਲੱਖ ਦੇ ਕਰੀਬ ਫੇਕ ਕਰੰਸੀ ਉਹਨਾਂ ਤੋਂ ਰਿਕਵਰ ਹੋਈ। ਬਾਅਦ ਜਦ ਇਹਨਾਂ ਦੇ ਘਰਾਂ 'ਤੇ ਜਾ ਕੇ ਸਰਚ ਕੀਤੀ ਗਈ, 13 ਲੱਖ ਦੀ ਹੋਰ ਮਿਲੀ। ਟੋਟਲ 22,60,000 ਦੀ ਫੇਕ ਕਰੰਸੀ ਡਿਫਰੈਂਟ ਡਿਨੋਮੀਨੇਸ਼ਨ 'ਚ, 2,000 ਦੇ ਨੋਟ ਵੀ ਨੇ, 5,000 ਦੇ ਨੋਟ ਵੀ ਨੇ। ਇਹ ਲੋਕ ਘਰ ਹੀ ਪ੍ਰਿੰਟ ਕਰਦੇ ਸੀ, ਇਹਨਾਂ ਨੇ ਆਪਣਾ ਪ੍ਰਿੰਟਰ ਇੰਸਟਾਲ ਕੀਤੇ ਹੋਏ ਸੀ, ਤਰ੍ਹਾਂ ਤਰ੍ਹਾਂ ਦੀਆਂ ਇੰਕਸ ਰੱਖੀਆਂ ਹੋਈਆਂ ਸੀਗੀਆਂ। ਉਹ ਸਾਰੀ ਇਹਨਾਂ ਦਾ ਇਕੁਇਪਮੈਂਟ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਇਹਨਾਂ ਨੇ ਇਨਫੈਕਟ ਇਹ ਯੂਟਿਊਬ ਤੋਂ ਸਿੱਖਣਾ ਸ਼ੁਰੂ ਕੀਤਾ ਸੀਗਾ। ਉੱਥੇ ਇਹਨਾਂ ਦਾ ਕੋਂਟੈਕਟ, ਉਹਨਾਂ ਦੇ ਯੂਟਿਊਬ ਦੇ ਇੱਕ ਕਿਸੇ ਵੀਡੀਓ ਨੂੰ ਫੋਲੋ ਕਰ ਰਹੇ ਸੀ, ਤਾਂ ਉਹਦੇ ਕਮੈਂਟ ਸੈਕਸ਼ਨ 'ਚ ਇਹਨਾਂ ਦਾ ਅੱਗੇ ਕੋਂਟੈਕਟ, ਇੱਕ ਕੋਈ ਛੱਤੀਸਗੜ੍ਹ ਦਾ ਇੱਕ ਬੰਦਾ ਉਹਦੇ ਨਾਲ ਕੋਂਟੈਕਟ ਹੋ, ਉਹਨੇ ਆਪਣਾ ਨੰਬਰ ਉੱਥੇ ਪਾਇਆ ਹੋਇਆ ਸੀ ਇਹਨਾਂ ਦੇ। ਉਹਦੇ ਛੱਤੀਸਗੜ੍ਹ ਵਾਲੇ ਨਾਲ ਕੋਂਟੈਕਟ ਕਰਕੇ ਅਤੇ ਉਹਦੇ ਨਾਲ ਅੱਗੇ ਉਹ ਤੋਂ ਗਾਈਡਲਾਈਨਸ ਲੈਣ ਲੱਗ ਗਏ। ਉਹ ਬੰਦੇ ਨੇ ਇਹਨੂੰ ਅੱਗੇ ਦੱਸਣਾ ਸ਼ੁਰੂ ਕੀਤਾ ਵੀ ਕੋਂਟੈਕਟ ਇਹਨਾਂ ਦੱਸਣੇ ਕਿ ਮੈਂ ਤੁਹਾਨੂੰ ਕਿਸ ਬੰਦੇ ਨੂੰ ਅੱਗੇ ਵੇਚਣੀ ਹੈ, ਅਤੇ ਉਹਦੇ ਥਰੂ ਇਹਨਾਂ ਨੇ ਵੇਚਣੀ ਵੀ ਸ਼ੁਰੂ ਕੀਤੀ ਕਰੰਸੀ ਬਣਾ ਕੇ। ਇਹ ਹੁਣ ਤੱਕ 4 ਡੀਲਸ ਇਹੋ ਜਿਹੀਆਂ ਕਰ ਚੁੱਕੇ ਸੀਗੇ, ਜਿਹਦੇ ਵਿੱਚ ਇਹਨਾਂ ਨੇ ਅਰਾਊਂਡ ਕੋਈ ਇਹਨਾਂ ਦੇ ਦੱਸਣ ਮੁਤਾਬਕ ਵੀ ਇਹਨਾਂ ਨੇ 5 ਲੱਖ ਦੇ ਕਰੀਬ ਦੀ ਕਰੰਸੀ ਇਹਨਾਂ ਨੇ ਅੱਗੇ ਸੇਲ ਆਊਟ ਕੀਤੀ ਹੈ, ਵੇਚੀ ਹੈ ਫੇਕ ਕਰੰਸੀ। ਨਹੀਂ, ਪਹਿਲਾਂ ਇਹਨਾਂ ਦਾ ਕੋਈ ਬੈਕਗਰਾਉਂਡ ਇਹੋ ਜਿਹੀ ਨਜ਼ਰ ਹਜੇ ਤੱਕ ਨਹੀਂ ਸਾਹਮਣੇ ਆਈ, ਪਹਿਲਾਂ ਇਹਨਾਂ ਦਾ ਕੋਈ ਮਾਮਲਾ ਦਰਜ ਨਹੀਂ ਹੈ। ਇਨਫੈਕਟ ਇਹ ਬਹੁਤ ਐਜੂਕੇਸ਼ਨਲ ਬੈਕਗਰਾਉਂਡ ਵੀ ਇਹਨਾਂ ਦੀ, ਇੱਕ 8th ਪੜ੍ਹਿਆ, 8ਵੀਂ ਤੱਕ ਪੜ੍ਹਿਆ ਹੋਇਆ, ਇੱਕ 10ਵੀਂ ਤੱਕ ਪੜ੍ਹਿਆ ਹੋਇਆ ਹੈ। ਇੱਕ ਸੈਕਸ਼ਨ 'ਚ ਲੱਗੇ ਹੋਏ ਸੀ, ਇਹਨਾਂ ਨੇ ਸ਼ਾਰਟਕੱਟ ਜਲਦੀ ਪੈਸਾ ਕਮਾਉਣ ਦੀ ਚਾਹ ਨੇ ਇਹਨਾਂ ਨੂੰ, ਇਸ ਰਾਹ 'ਤੇ ਇਹਨਾਂ ਇਹ ਸ਼ੁਰੂ ਹੋ ਗਏ ਵੀ ਜਲਦੀ ਅਸੀਂ ਪੈਸੇ ਪ੍ਰਿੰਟ ਕਰਕੇ ਵੇਚਣੇ ਸ਼ੁਰੂ ਕਰ ਦਈਏ। ਅਤੇ ਉਹਦੇ 'ਚ ਅਸੀਂ ਹੁਣ ਇਹਨਾਂ ਥੋਰੋ ਰਿਮਾਂਡ ਲੈ ਕੇ ਫਰਦਰ ਵੀ ਜਿੱਥੇ ਜਿੱਥੇ ਇਹਨਾਂ ਦੀਆਂ ਕੋਈ ਡੀਲਸ ਹੋਈਆਂ ਨੇ ਉਹਨਾਂ ਨੂੰ ਵੀ ਅਨਰਥ ਕਰਾਂਗੇ, ਉਹ ਵੀ ਸਾਰਿਆਂ ਨੂੰ ਨੈਟਵਰਕ ਨੂੰ ਬ੍ਰੇਕ ਕਰਾਂਗੇ। ਔਰ ਪਲੱਸ ਜਿਹੜਾ ਛੱਤੀਸਗੜ੍ਹ 'ਚ ਵੀ ਇਹਨਾਂ ਦਾ ਕੋਈ ਕੋਂਟੈਕਟ ਆ, ਅਸੀਂ ਉਹਨਾਂ ਦੀ ਕੰਸਰਨ ਸਟੇਟ ਨਾਲ ਵੀ ਟਾਈ ਅਪ ਕਰਕੇ ਅਤੇ ਉਸ ਬੰਦੇ ਤੱਕ ਵੀ ਪਹੁੰਚਾ। ਪੰਜਾਬ ਦੇ ਵਿੱਚ ਇਹਨਾਂ ਨੇ ਡੀਲਾਂ ਕੀਤੀਆਂ ਕਿ ਪੂਰੇ ਦੇਸ਼ ਦੇ ਵਿੱਚ ਕਰਨ ਦੀ ਫਰਾਗ? ਨਹੀਂ ਜੀ, ਹਲੇ ਪੰਜਾਬ 'ਚ ਹੀ, ਲੁਧਿਆਣੇ ਵਿੱਚ ਹੀ। ਉਹ ਵੀ ਇਹਨਾਂ ਨੂੰ ਛੱਤੀਸਗੜ੍ਹ ਵਾਲਾ ਜਿਹੜੇ ਕੋਂਟੈਕਟ ਦਿੰਦਾ ਸੀਗਾ ਉਹਦੇ ਨਾਲ ਉਹਨਾਂ ਨੂੰ ਇਹ ਸੇਲ ਕਰਦਾ ਸੀ। ਛੱਤੀਸਗੜ੍ਹ ਦੇ ਕੁਛ ਪੁੱਛਗਿੱਛ ਚੱਲ ਰਹੀ ਹੈ? ਉਹ ਹਾਂਜੀ ਚੱਲ ਰਹੀ ਹੈ। ਇੱਕ ਰਾਏਕੋਟ ਦਾ ਜੀ, ਇੱਕ ਆਲੀਪੁਰ ਦਾ। ਇਹ ਹੁਣੇ ਕੁਛ ਮਹੀਨਾ ਤੋਂ ਸ਼ੁਰੂ ਹੋਏ ਨੇ, ਹੁਣੇ ਕੁਛ ਮਹੀਨਾ ਤੋਂ ਜ਼ਿਆਦਾ ਦੇਰ। ਸੋਸ਼ਲ ਮੀਡੀਆ ਤੋਂ ਇਹਨਾਂ ਨੇ ਸਿੱਖਿਆ ਨੋਟ ਛਾਪਣਾ? ਹਾਂਜੀ ਹਾਂਜੀ। ਵੀ ਸੋਸ਼ਲ ਮੀਡੀਆ ਤੋਂ? ਯੂਟਿਊਬ। ਉੱਥੋਂ ਇਹਨਾਂ ਨੂੰ ਕੋਈ ਮਤਲਬ ਮਿਲਾ ਆਈਡੀਆ ਜਾਂ ਮਿਲੇ, ਉਹ ਤੋਂ ਬਾਅਦ ਨੇ ਉਸ ਆਈਡੀਆ ਨੂੰ ਮਟੀਰੀਅਲਾਈਜ਼ ਕਰਨ ਲੱਗ ਗਏ। ਫਿਰ ਉੱਥੇ ਇਹਨਾਂ ਨੂੰ ਇੱਕ ਛੱਤੀਸਗੜ੍ਹ ਦਾ ਬੰਦਾ ਕੋਈ ਉਹ ਕੋਂਟੈਕਟ 'ਚ ਆ ਗਿਆ, ਉਹਦੇ ਥਰੂ ਅੱਗੇ ਕਰਨ ਲੱਗੇ। ਹਰ ਤਰ੍ਹਾਂ ਦੀ ਕਰੰਸੀ ਹੈ? ਡਿਨੋਮੀਨੇਸ਼ਨ ਤੁਹਾਡੇ ਸਾਹਮਣੇ 2,500 ਹੈ ਦੋਨੇ।